ਇਸ ਮਾਂ ਪਿਓ ਦੀਆਂ ਅੱਖਾਂ ਆਪਣੇ ਪੁੱਤ ਦਾ ਇੰਤਜ਼ਾਰ ਕਰ ਰਹੀਆਂ ਸਨ ਜੋ ਉਹਨਾਂ ਨੂੰ ਕਹਿ ਕੇ ਗਿਆ ਸੀ ਕਿ ਮੈਂ ਹੁਣੇ ਆਇਆ ਪਰ ਵਾਪਸ ਨਹੀਂ ਮੁੜਿਆ ਕਿਉਂਕਿ ਇਸ ਨੌਜਵਾਨ ਦਾ ਕਾਤਲਾਂ ਨੇ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਪਿੰਡ 'ਚ ਹੀ ਮਿੱਟੀ ਪਾ ਕੇ ਦੱਬ ਦਿੱਤਾ ਅਤੇ ਇਸ ਘਟਨਾ ਬਾਰੇ ਪਿੰਡ ਵਾਸੀਆਂ ਨੂੰ ਸਵੇਰੇ ਪਤਾ ਲੱਗਾ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਛਾ ਗਈ ਨੌਜਵਾਨ ਦੀ ਉਮਰ ਤਕਰੀਬਨ 30 ਸਾਲ ਸੀ ਅਤੇ ਮ੍ਰਿਤਕ ਨੌਜਵਾਨ ਦਾ ਨਾਮ ਅੰਗਰੇਜ਼ ਸਿੰਘ ਸੀ ਜੋ ਇੱਕ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਹਾਲਾਂਕਿ ਮ੍ਰਿਤਕ ਦੇ ਮਾਤਾ ਪਿਤਾ ਦਾ ਕਹਿਣਾ ਹੈ ਕਿ ਉਹਨਾਂ ਦੇ ਪੁੱਤ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਤੇ ਨਾ ਹੀ ਉਹਨਾਂ ਨੂੰ ਕਿਸੇ ਤੇ ਸ਼ੱਕ ਹੈ ਪਰ ਮਾਂ ਪਿਓ ਆਪਣੇ ਪੁੱਤ ਦੇ ਕਾਤਲਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਹੇ ਨੇ ਤੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਉਮੀਦ ਕਰ ਰਹੇ ਨੇ ਕਤਲ ਦਾ ਇਹ ਮਾਮਲਾ ਬਠਿੰਡਾ ਦੇ ਡੱਬ ਵਾਲੀ ਦੇ ਪਿੰਡ ਗਹਿਰੀ ਬੁੱਟਰ ਤੋਂ ਸਾਹਮਣੇ ਫਿਲਹਾਲ ਪੁਲਿਸ ਨੇ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਅਤੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਨਹੀਂ ਇਹ ਪਹਿਲਾਂ ਕੰਮ ਤੇ ਸੀਗਾ ਜਾਂ ਘਰੇ ਸੀ ਮੁੰਡਾ ਕੰਮ ਤੇ ਸੀ ਅੱਛਾ ਕਮਾਇਆ ਪੈਸੇ ਲਿਆ ਕੇ ਪੈਸੇ ਨਹੀਂ ਖਾਤੇ ਅੱਛਾ ਆਂਦਾ ਮੰਮੀ ਆਖਿਆ ਲੈ ਕੇ ਪੈਸੇ ਮੈਨੂੰ ਆਦਾ ਕਿ ਮੁੜ ਕੇ ਗਏ ਮੰਮੀ ਰੋਟੀ ਪਕਾ ਲਾ ਮੈਂ ਆਉਣਾ ਇੱਥੇ ਬਾਹਰ ਖੜਿਆ ਨੇ ਪਤਾ ਨਹੀਂ ਕਿਹੜੇ ਆ ਕਿਹੜੇ ਨਹੀਂ ਆਵਾਜ਼ ਮਾਰੀ ਆ ਹੁਣ ਆਪਾਂ ਕਹਿਣਾ ਮਗਰ ਜਾਂਦੇ ਰੋਟੀ ਲੱਗੀ ਪਈ ਆਂਦਾ ਮੰਮੀ ਮੈਂ ਹੁਣੇ ਆ ਗਿਆ 5 ਮਿੰਟਾਂ 'ਚ ਕਿਹੜੇ 5 ਮਿੰਟ ਆਹ ਦਿਨ ਆ ਗਿਆ ਅਜੇ ਤੱਕ ਨਹੀਂ ਆਇਆ ਤੁਹਾਨੂੰ ਕਦੋਂ ਪਤਾ ਲੱਗਿਆ ਜੀ ਕਿਸੇ ਨੇ ਦੱਸਿਆ ਕਿ ਤੁਹਾਨੂੰ ਪਤਾ ਲੱਗ ਗਿਆ ਸੀਗਾ ਸਾਨੂੰ ਤਾਂ ਤੜਕੇ ਦੇ ਉਦੋਂ ਪਤਾ ਲੱਗਿਆ ਤਾਂ ਜਦੋਂ ਤੜਕੇ ਕਿੰਨਾ ਸਾਰੇ ਆਉਂਦਾ ਉਦੋਂ ਤਾਂ ਸਭ ਨੂੰ ਪਤਾ ਲੱਗ ਗਿਆ ਜਦੋਂ ਸਾਨੂੰ ਪਤਾ ਲੱਗਿਆ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਅਤੇ ਕਿਸੇ 'ਤੇ ਕੋਈ ਤੁਹਾਨੂੰ ਸ਼ੱਕ ਹੋਵੇ ਹੁਣ ਸ਼ੱਕ ਉਹੀ ਗੱਲ ਉਹ ਤਾਂ ਆਪ ਹੀ ਦੱਸੀ ਜਾਂਦੇ ਆ ਸਾਡੇ ਸ਼ੱਕ 'ਚ ਕੀ ਗੱਲ ਆ ਪੈਸੇ ਪਵਾਉਣ ਉਦੋਂ ਬਾਅਦ ਚ ਮੁੰਡਿਆਂ ਨੇ ਬਾਹਰ ਬੋਲ ਮਾਰਿਆ ਪਤਾ ਨੀ ਲੱਗਾ ਵੀ ਕੌਣ ਬੰਦੇ ਨੇ ਬੋਲਣਾ ਹਾਂਜੀ ਆਏ ਦੀ ਪਤਾ ਲੱਗਿਆ ਕੌਣ ਸੀ ਠੀਕ ਹੈ ਜੀ ਤੇ ਫਿਰ ਤੁਹਾਨੂੰ ਸੁਬਹਾ ਪਤਾ ਲੱਗਿਆ ਜਾਂ ਰਾਤ ਹੀ ਪਤਾ ਲੱਗਿਆ ਸੀਗਾ ਨਾ ਜੀ ਸੁਬਹਾ ਪਤਾ ਲੱਗਿਆ 8 ਵਜੇ ਅੱਛਾ ਮੈਂ 7 ਵਜੇ ਪਤਾ ਲੱਗਿਆ ਜੀ 7 ਵਜੇ ਮੈਂ ਕੰਮ ਤੇ ਜਾਂਦਾ ਠੀਕ ਹੈ ਜੀ ਕਿੰਨੀ ਕੁ ਉਮਰ ਸੀ ਬੱਚੇ ਦੀ ਹੈਗਾ ਜੀ 25-30 ਸਾਲ ਆਉਂਦਾ ਜੀ ਠੀਕ ਹੈ ਇਹ ਪਤਾ ਲੱਗਦਾ ਜਿਹੜੇ ਮੌਕੇ ਦੇ ਹਾਲਾਤਾਂ ਤੋਂ ਬਾਕੀ ਅਸੀਂ ਇਸ ਸੰਬੰਧੀ ਅਜੇ ਮੌਕੇ 'ਤੇ ਪੜਤਾਲ ਕਰ ਰਹੇ ਅਤੇ ਵਾਪਸ ਦਾ ਬਿਆਨ ਲਿਖਣ ਦਾ ਬਿਆਨ ਲਿਖਣ ਤੋਂ ਬਾਅਦ ਜੈਸੇ ਸ਼ੁਰੂ ਹੋ ਗਏ ਕਿੱਥੋਂ ਦਾ ਬੰਦਾ ਲੱਗ ਰਿਹਾ ਜੀ ਇਹ ਗਹਿਰੀ ਬੁੱਟਰ ਦਾ ਰਹਿਣ ਵਾਲਾ ਅੰਗਰੇਜ਼ ਸਿੰਘ ਇਸ ਡੱਬੂ ਸਾਨੂੰ ਅੱਛਾ 25 ਸਾਲ ਦੀ ਉਮਰ ਹੈ ਗਹਿਰੀ ਬੁੱਟਰ ਪਿੰਡ ਰਹਿਣ ਵਾਲਾ ਅਤੇ ਕੋਈ ਲੱਗ ਰਿਹਾ ਜਾਂ ਵੀ ਕਤਲ ਹੈ ਜੀ ਲੱਗਣ ਦਾ ਕਤਲ ਹੀ ਲੱਗ ਰਿਹਾ ਠੀਕ ਹੈ ਜੀ